ਨਾਭਾ ਜੇਲ੍ਹ ਬ੍ਰੇਕ ਦੇ ਨਾਲ ਸੰਬੰਧਿਤ ਗੁਰਪ੍ਰੀਤ ਸਿੰਘ ਪਿੰਡ ਮੰਗੇਵਾਲ ਨੂੰ ਅੱਜ ਬਾਘਾ ਪੁਰਾਣਾ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਨਾਭਾ ਜੇਲ੍ਹ ਬ੍ਰੇਕ ਦੇ ਦੌਰਾਨ ਚਰਚਾ ਦੇ ਵਿਚ ਰਹੇ ਪਿੰਡ ਮੰਗੇਵਾਲ ਦੇ ਗੁਰਪ੍ਰੀਤ ਸਿੰਘ, ਜਿਸ ਦੇ ਉਪਰ ਕੇ ਧਾਰਾ 467 120B ਦੇ ਤਹਿਤ ਥਾਣਾ ਬਾਘਾ ਪੁਰਾਣਾ ਵਿਖੇ ਪਰਚਾ ਦਰਜ ਸੀ। ਇਹ ਪਰਚਾ 2013 ਦੇ ਵਿਚ ਦਰਜ ਹੋਇਆ ਸੀ, ਜਿਸ ਮਾਮਲੇ ਦੀ ਅੱਜ ਪੇਸ਼ੀ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਮਾਣਯੋਗ ਅਦਾਲਤ ਨੇ ਅੱਜ ਇਸ ਕੇਸ ਦੇ ਵਿਚੋਂ ਬਰੀ ਕਰ ਦਿੱਤਾ। ਗੁਰਪ੍ਰੀਤ ਸਿੰਘ ਦੀ ਇਸ ਪੇਸ਼ੀ ਦੇ ਵੇਲੇ ਬਾਘਾ ਪੁਰਾਣਾ ਅਦਾਲਤ ਦੇ ਵਿਚ ਕਾਫੀ ਭਾਰੀ ਪੁਲਿਸ ਬਲ ਵੇਖਣ ਨੂੰ ਮਿਲਿਆ। ਬਾਘਾ ਪੁਰਾਣਾ ਤੋਂ ਬਿਊਰੋ ਰਿਪੋਰਟ।